वाहिगुरु जी का खालसा वाहिगुरु जी की फतेह। बंदे तुहानू दिखाते ने ते टाइम हो गया ते सरगुण डैडी चले अज ठीक है फिर पक्का हो गया आवांगा ठीक है पी आर आवांगा फिर आवांगा ठीक है। आ संगत जी जा रही अज फिर हजूर साहब नू जा रही संगत आए ने वीर खास करके इटली तो सारी सेवा इन्होंने ले ली सत श्री अकाल। हुण असीं चले आ जी हजूर साहब बाय रोड कार ते जा रहे हैं। आ वीर कहिंदा कार मेरी जाएगी बस दूजे बंदे दी कहिंदी कार नहीं जाएगी। सारे लोग तुहानू राह पर दसांगे कितने कितने हो के जाने राज ठीक है जी फिर मिलांगे। ओके सरगुण बाय बाय सरगुण काका काका चंगा जी फिर मिलांगे पक्के हो गए पी आर हो के मिलांगे हुण। हाँ जी हाँ जी आ वीर ठीक है वाहेगुरु जी का खालसा वाहेगुरु जी की फतेह। ओके सरगुण बाय सत श्री अकाल मेहमानों नु मान सरगुण बाय कर चल फिर मिलांगा जब पक्का हो गया फिर बिना पीआर होके ना फिर आवांगा। ओके इधर सरगुण तू तेनू लाइट ले रही आओगी की लेना चल ठीक है। ओके जी मिलते हैं हुण गुरुद्वारा तमतान साहब इधर वेख रहन दे रहन दे श्री साहब कढ़ लैंदे मूंह वेख अपना हेलो जल लिया यूपी बिहार सोते सिंघां नूं भारी मारे चल ठीक है जी। ते ओ राह दा पता है राह दा पता है ਕਦੀ ਕੈਥਲ ਗਿਆ ਕੈਥਲ ਗਿਆ ਕਦੀ ਬਾਏ ਕਰਦੇ ਡੈਡੀ ਨੂੰ ਬਾਏ ਕਰਦੇ ਬਾਏ ਫਿਰ ਮਿਲਾਂਗਾ ਹਫਤੇ ਬਾਅਦ ਮਿਲਾਂਗੇ ਬਾਏ ਬਣਾ ਲਈ ਤੇਰੀ ਵੀ ਚਲੋ ਜੀ ਚਲੋ ਓਏ ਮੱਖੀਆਂ ਤੂੰ ਪਹਿਲਾਂ ਹੀ ਪਾਤੀ ਅੰਦਰ ਹਾਂਜੀ ਹਾਂਜੀ ਵਾਹਿਗੁਰੂ ਜੀ ਯਾਤਰਾ ਜਾ ਰਹੀ ਹੈ ਸ੍ਰੀ ਹਜੂਰ ਸਾਹਿਬ ਜੀ ਹੁਣ ਅਸੀਂ ਭੇਵੇ ਤੋਂ ਚਾਲੇ ਪਾਲੇ ਆ ਸਾਨੂੰ ਪੈਂਦਾ ਜੀ 1600 ਕਿਲੋਮੀਟਰ ਭੇਵੇ ਤੋਂ ਹਰਜੂਰ ਸਾਹਿਬ ਮੇਰੀ ਤਾਂ ਪੰਜਵੀਂ ਯਾਤਰਾ ਗੱਡੀ ਦੇ ਆਹ ਵੀਰ ਆਏ ਨੇ ਪਹਿਲੀ ਵਾਰੀ ਖਾਸ ਕਰਕੇ ਇਟਲੀ ਵਾਲੇ ਵੀਰ ਤੇ ਬੜੀ ਮਿਹਰਬਾਨੀ ਹੈ ਜਿਹੜਾ ਸੇਵਾ ਲੈ ਗਿਆ ਸਾਰੀ ਸਾਰੀ ਲੈ ਗਿਆ ਸਾਰੀ ਸਹੀ ਗੱਲ ਹੈ ਸਾਰੀ ਸੇਵਾ ਲੈ ਰਿਹਾ ਜੀ ਖਰਚਾ ਬਣੀ ਕਹਿੰਦਾ ਮੇਰੇ ਵੱਲੋਂ ਮੈਂ ਕਿਹਾ ਚਲੋ ਅਤੇ ਬਸ ਕੱਲ੍ਹ ਸ਼ਾਮਾਂ ਨੂੰ ਬਣ ਗਿਆ ਪ੍ਰੋਗਰਾਮ ਅਤੇ ਸਵੇਰੇ ਆਪਾਂ ਸਲਫ ਮਾਰਤੀ ਬਾਈ ਗੱਡੀ ਨੂੰ ਭਾਈ ਤੇਲ ਫੁੱਲ ਕਰਾ ਲਈ ਹੈਲੋ ਜੀ ਅਤੇ 1600 ਕਿਲੋਮੀਟਰ ਜਾਣਾ ਜੀ ਪਹਿਲਾਂ ਸਟੇ ਕਰਾਂਗੇ ਜੀ ਟੌਂਕ ਭਗਤ ਧਨ ਦੇ ਸਥਾਨ 'ਤੇ ਉਸ ਤੋਂ ਬਾਅਦ ਅੱਗੇ ਚੱਲ ਪਾਵਾਂਗੇ ਜੀ ਜਿਵੇਂ ਜਿਵੇਂ ਫਿਰ ਬਣੇਗਾ ਵੀ ਲੋਕ ਅਪਡੇਟ ਕਰਾਂਗੇ ਬਾਏ ਰੋਡ ਤੁਹਾਨੂੰ ਹੈਲਪ ਮਿਲੇਗੀ ਵੀ ਲੋਕ ਦੇਖੋਗੇ ਕਿੱਧਰੋਂ ਕਿੱਧਰੋਂ ਜਾਣਾ ਹੈ ਕਿਹੜਾ ਰਸਤਾ ਸੇਫ ਹੈ ਕਿਹੜੇ ਰਸਤੇ 'ਚ ਕਿੰਨਾ ਖਰਚਾ ਆਏਗਾ ਤੁਹਾਨੂੰ ਸਾਰੀ ਡਿਟੇਲ 'ਚ ਦੱਸਾਂਗੇ ਤਿੰਨ ਪਾਰਟ 'ਚ ਵੀਡੀਓ ਬਣਾਵਾਂਗੇ ਆਉਣ ਜਾਣ ਦੀ ਅਤੇ ਬਾਕੀ ਹੁਣ ਟੈਂਕੀ ਕਰਾਵਾਂਗੇ ਫੁੱਲ ਇੱਥੋਂ ਕਰਾ ਕੇ ਤੁਰਾਂਗੇ ਜੀ ਓਕੇ ਜੀ ਵਾਹਿਗੁਰੂ ਜੀ ਕਾ ਕਾ ਰੇਟ ਹਰਿਆਣੇ ਦਾ ਹੈ ਇਹ ਬਣ ਗਿਆ ਜੀ 1 ਮਈ ਤੋਂ ਲੈ ਕੇ 16 ਜੂਨ ਤੱਕ 8 ਰੁਪਏ ਵਧਾਇਆ ਜੀ ਕੀ ਕਰੀਏ ਓਏ ਮੋਦੀ ਨੂੰ ਮੜਨੀ ਕਹਿਣਾ ਛੱਡਿਆ ਨੇ ਮੋਦੀ ਨੂੰ ਮੜਨੀ ਕਹਿਣਾ ਹੈਲੋ ਹਾਂਜੀ ਮੋਦੀ ਨੂੰ ਮੜਨੀ ਕਹਿਣਾ ਬਿਲਕੁਲ ਮੋਦੀ ਨੂੰ ਮੜਨੀ ਕਹਿਣਾ ਬਿਲਕੁਲ ਸਹੀ ਕਰ ਰਿਹਾ ਅੰਦੇ ਭਗਤ ਬਿਲਕੁਲ ਸਹੀ ਕਰ ਰਿਹਾ ਕਹਿੰਦਾ ਇੱਕ ਬੰਦਾ ਕਹਿੰਦਾ ਮੋਦੀ ਨੂੰ ਤੇਲ ਤਾਂ ਆਉਂਦਾ ਹੈ ਮੁੰਡੇ ਗੇੜੀਆਂ ਜਾ ਕੇ ਮਾਰਦੇ ਨੇ ਅੱਛਾ ਉਹ ਜੁੱਤੀ ਲਾ ਲੈ ਨਾਲੇ ਮੋਦੀ ਦੇ ਫੇਰੇ ਤੇ ਨਾਲੇ ਉਹ ਬੰਦੇ ਦੇ 16 ਡੇਢ ਮਹੀਨੇ ਦੇ ਵਿੱਚ 7 ਵਾਰੀ ਤੇਲ ਵਧਿਆ ਜੀ
ਕਿਹੜੀ ਆਫਤ ਆਈ ਕੋਈ ਸਮਝ ਨਹੀਂ ਆ ਰਹੀ ਜੀ ਸਾਡੇ ਵਰਗੇ ਯਾਤਰੀਆਂ ਬੰਦਿਆਂ ਵਾਸਤੇ ਔਖਾ ਜੀ ਬਾਕੀ ਇਟਲੀ ਵਾਲੇ ਮੁੰਡੇ ਦਾ ਮੂੰਹ ਭੇੜਾ ਖੜਾ ਹੋ ਗਿਆ ਤੇਲ ਦਾ ਰੇਟ ਵੇਖ ਕੇ ਵੈਸੇ ਕੋਈ ਨਾ ਆ ਜਾਣਾ ਕੈਮਰਾ ਜਿੱਥੇ ਮਰਜ਼ੀ ਤੇ ਕੱਚਾ ਹੀ ਹੋ ਗਿਆ ਵੈਸੇ ਸੇਵਾ ਲੈ ਬੈਠਾ ਕੌਨਫੀਡੈਂਸ ਚ ਆ ਗਈ ਹਨਾ ਉਦੋਂ ਕਿਤੇ ਤਿੜ ਬੈਠਾ ਤੇ ਫਸ ਗਿਆ ਰੁਪਈਆ ਕਰ 30,000 ਤਿਆਰ 30,000 ਰੁਪਈਆ ਲੱਗਣਾ ਆਣ ਜਾਣ ਇਵੇਂ ਨਹੀਂ ਪੱਗਾਂ ਬੰਨ ਕੇ ਆ ਗਏ ਸਵੇਰੇ ਅਸਥਾਨ ਦਾ ਇਤਿਹਾਸ ਜੀ ਵੀਰ ਪਹਿਲਾਂ ਇਹਦੀ ਸਲਾਹ ਬਣੀ ਸੀ ਕਹਿੰਦਾ ਟਰੱਕ ਜਾਣਾ ਫਿਰ ਸੰਗਤ ਨੀ ਹੋਈ ਵੱਡੀ ਐਲਪੀ ਗੱਡੀ ਕਹਿੰਦਾ ਪਿਆ ਸੀ ਮੈਂ ਕਿਹਾ ਨਹੀਂ ਵੀਰ ਗੁੱਡ ਨਿਊਜ਼ ਤਿਆਰ ਪਈ ਨੀ ਬਾਬੇ ਨੇ ਵੇਖੀ ਅੱਛਾ ਉਧਰੋਂ ਚਾਲਾ ਪੁੱਟ ਇੱਥੋਂ ਹੀ ਇਤਿਹਾਸ ਮਿਲਦਾ ਜੀ ਇੱਕ ਬੁੱਕ ਮਿਲੇਗੀ ਆਪਾਂ ਲੈ ਕੇ ਜਾਵਾਂਗੇ ਵਾਇਆ ਉਹ ਤੁਹਾਨੂੰ ਦਿਖਾਵਾਂਗੇ ਫਿਰ ਅੱਗੇ ਸਾਰਾ ਉਹਦੇ 'ਤੇ ਲਿਖਿਆ ਵੀ ਕਿੱਧਰ ਕਿੱਧਰ ਰੂਟ ਕਿੱਧਰ ਕਿੱਧਰ ਜਾਂਦਾ ਸਿੰਘਾਂ ਦੇ ਸ਼ਸਤਰ ਹੈ ਜੀ ਬੰਦੂਕਾਂ ਹੈ ਨਾ ਰਾਈਫਲਾਂ ਪੁਰਾਣੀਆਂ ਨੇ ਇਹ ਢਾਲਾਂ ਪਈਆਂ ਜੀ ਪਾਤਸ਼ਾਹੀ ਨੌਵੀਂ ਇਹ ਪੋਥੀਆਂ ਹਨ ਜੀ ਪੁਰਾਤਨ ਹੱਥ ਲਿਖਤ ਪੋਥੀਆਂ ਸਾਰੀਆਂ ਦਾ ਪਾਣੀ ਛੱਕ ਕੇ ਜੀ ਉੱਥੋਂ ਲੈ ਕੇ ਤੂੰ ਇਤਿਹਾਸ ਗੁਰੂ ਘਰ ਦੇ ਅਤੇ ਚਾਲੇ ਪਾਵਾਂਗੇ ਜੀ ਅੱਗੇ ਵਾਹਿਗੁਰੂ ਜੀ ਉਹ ਲਿਟਰੇਚਰ ਹਾਊਸ ਸਿੰਘ ਲੈਣ ਗਏ ਆ ਆਪਾਂ ਫਿਰ ਉਹਨਾਂ ਕੋਲ ਲੈ ਕੇ ਜੋ ਇਤਿਹਾਸ ਆ ਗੁਰੂ ਘਰ ਦਾ ਨਾਲੇ ਉਹਦੇ ਵਿੱਚ ਮੈਪ ਦੀ ਅਤੇ ਵਾਇਆ ਰੂਟ ਕਿੱਧਰ ਜਾਂਦਾ ਵਾਪਸੀ ਦਾ ਔਰ ਜਾਣ ਦਾ ਜਦੋਂ ਵੀ ਵਾਇਆ ਰੋਡ ਆਉਣਾ ਇੱਥੋਂ ਆ ਕੇ ਤੁਸੀਂ ਉਹ ਲਿਟਰੇਚਰ ਲੈ ਸਕਦੇ ਹੋ ਉਹਦੇ ਹਿਸਾਬ ਨਾਲ ਵੀ ਜਾ ਸਕਦੇ ਹੋ ਵੈਸੇ ਅਸੀਂ ਜਾਂਦੇ ਹਾਂ ਭਗਤ ਧੰਨੇ ਦੇ ਅਸਥਾਨ ਵੱਲ ਹੋ ਗਏ ਟੋਂਕ ਪੈਂਦਾ ਜੀ ਰਾਜਸਥਾਨ 'ਚ ਵਾਹਿਗੁਰੂ ਜੀ ਬਾਕੀ ਤੁਹਾਨੂੰ ਆਹ ਦੇਖੋ ਜੀ ਇਤਿਹਾਸ ਹੈ ਗੁਰੂ ਘਰ ਦਾ ਔਰ ਇਹਦੇ ਜਿਹੜਾ ਬੈਕ ਸਾਈਡ ਹੈ ਬਿਲਕੁਲ ਲਾਸਟ 'ਚ ਆਹ ਦੇਖੋ ਜਿਹੜਾ ਲਿਖਿਆ ਗੁਰਦੁਆਰਾ ਧੰਨਧਾਨ ਸਾਹਿਬ ਜੀਂਦ ਭਵਾਨੀ ਨਰਨੌਰ ਨਰਨੌਲ ਜੈਪੁਰ ਕਿਸ਼ਨਗੜ੍ਹ ਭੀਲਵਾੜਾ ਇੱਧਰ ਨੀਮਚ ਹੁੰਦੇ ਜਾਂਦੇ ਹੋਏ ਆਹ ਰਸਤਾ ਜੀ ਜਾਣ ਦਾ ਇਹ ਵਾਪਸੀ ਰਸਤਾ ਜਿਹੜਾ ਦਿੱਤਾ ਹੋਇਆ ਜੀ ਇਹ ਵੀ ਸੇਮ ਹੀ ਹੈ ਯਾਰ ਹਾਂ ਨਹੀਂ ਨਹੀਂ ਇਹ ਦੂਜਾ ਰਸਤਾ ਹੈ ਜੀਂਦ ਰੋਹਤਕ ਪਟੌਦੀ ਮਥੁਰਾ ਆਗਰਾ ਇਹ ਗਵਾਲੀਅਰ ਵਾਲਾ ਰਸਤਾ ਜੀ ਹਾਂ ਗਵਾਲੀਅਰ ਸ਼ਿਵਪੁਰੀ ਗੋਨਾ ਹਾਂਜੀ ਇੱਧਰ ਕਹਿੰਦਾ 1710 ਮਤਲਬ ਕਿ 150 ਕਿਲੋਮੀਟਰ ਦਾ ਫਰਕ ਹੋ ਗਿਆ ਨਾ ਹਾਂ ਇਹ ਹੈ ਜੀ ਇਹ ਗਵਾਲੀਅਰ ਵੱਲੋਂ ਹੈ ਜੀ ਪਰ ਅਸੀਂ ਵਾਪਸੀ ਉੱਧਰੋਂ ਆਵਾਂਗੇ ਇਸ ਵਕਤ ਚੱਲਦੇ ਹਾਂ ਜੀ ਫਿਰ ਪੜ੍ਹਦੇ ਹਾਂ ਚਾਲੇ ਓਕੇ ਬਾਬਾ ਜੀ ਖਾਲਸਾ ਫਤਿਹ ਜੀ ਲਓ ਜੀ ਲਾ ਕੇ ਇੱਥੋਂ ਆਪਾਂ ਜੀ ਹੁਣ ਸਿੱਧਾ ਟੋਂਕ ਦਾ ਉਹ ਆਇਆ ਇੱਥੋਂ ਆਪਾਂ ਪਹਿਲਾਂ ਜਾਵਾਂਗੇ ਜੀ ਜੀਂਦ ਫਿਰ ਭਵਾਨੀ ਅਤੇ ਉਸ ਤੋਂ ਬਾਅਦ ਨਰਨੌਲ
फिर अगे जाके बनावांगे जो बोले सो निहाल हाँ जी ढाबे से रुके जी चाह पीन वास्ते बंदे कहते नींद आने लग पी जी हाँ जी ठीक है लुकदा पे बड़ा गड्डी हो गए टायर ज्यादा गर्म फिर अं रुक गए इतने हूँ कितने पहुंचे बाबा जी आप भाई अज तू जरा जींद शहर है ना चेंज हो गया वह ना रखता जीन कि शहर जीन शहर ठीक है जी मिलते हैं राजस्थान जा रहे इंटर हो गया जी पहला टोल टैक्स लग रहा जी सानू 100 रुपया क्योंकि हरियाणा च कोई लगा नहीं क्योंकि किसान एकता करके सो है पहला सानू टोल टैक्स पै रहा जी 100 रुपये का चूरू लंघ आए जी बंदे कहते भुख लगी है पर ढाबा पसंद नहीं आ रहा मुंडिया जेड़ा साडा सैकटरी साहब ने कैशियर भुख निकल जे यात्रा सफल इनी भुख भरावा बंदा लियाना है यात्रा चे भरा मेरे लिया वो जो दो घंटे पेशेंस जिदे होण तुसीं मेरे मोढे ते रख के बंदूक चलांदे खाना सब ने सारा जा चल जान निकलदी भुख नाल ही इक आ मेरा वीर बैठा है आड़ा बारू आया ये भी चोरा दी मासी बस इनी भुख कहता भुख ही लगी दस चलो जी तू कौन चिप्स दे कोक वगैरह लेके चलांगे गान ठीक है वाहेगुरु जी पाते चल फिर कोल्ड ड्रिंक भी नहीं मिले मुंडिया नूं पर जिहड़ा मौसम पहला बड़ी गर्मी ही ते हुण मौसम देखो जमी चिल्ड करता राजस्थान महाराज दी कृपा इहो जी आ वीर ते भुखा ही मर जा लगणा ठीक है जी मिलदे आ के चंगे जे ढाबे ते संगत जारी तुरी आ लो जी पहुंच गए जी एक मौसम बड़ा सुहाना रॉयल रिसोर्ट ते तो चल पाने शक चलांगे अगे ठीक है जी किधर गए बाकी ये हुण अनु शिखर रह गया जी शिखर है ना शिखर रह गया अनु 20 किलोमीटर इस तो बाद फिर जयपुर रोड चढ़ जाएंगे उस तो बाद भगत अल्ला शाम 7 बजे तक पहुंच जाएंगे मिलते हैं जी आ लो जी हुण खुश है आई है मंगता मुंडा कहता कढ़ाई पनीर से
ਕਾ ਭਰਾਵਾ ਕਹਿੰਦਾ ਤੈਨੂੰ ਮਗਰੋਂ ਤੇਰੀਆਂ ਵੱਖੀਆਂ ਕੁੱਟਣੀਆਂ ਜੇ ਗੱਡੀ ਨਾ ਰੋਕੀ ਦੇ ਨਾ ਡਾਇਲੋਗ ਹੋ ਨੂੰ ਵੀ ਤੇ ਫਿਰ ਬਗਿਆੜ ਵਰਗਾ ਹੋ ਜਾਣਾ ਖਾ ਖਾ ਕੇ ਆ ਤੇ ਜਿਹੜਾ ਸੁੱਕਦਾ ਜਾਂਦਾ ਅੰਦਰ ਕੋਈ ਰੋਗ ਹੀ ਲੱਗਾ ਆ ਜਾ ਜੀ ਲੰਗਰ ਛਕੋ ਖੋਲੀ ਕਿਤੇ ਫਿਰ ਮਿਲਦੇ ਹਾਂ ਜੀ ਅੱਗੇ ਭਗਤ ਧਨੇ ਦੇ ਘਰ ਉਹ ਬੜੀ ਬੜੀ ਮੈਨੂੰ ਬੜੀ ਹਾਂਜੀ ਛਕ ਲਿਆ ਜਲ ਪਾਣੀ ਬਿਲਕੁਲ ਜਲ ਪਾਣੀ ਛਕ ਲਿਆ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਮਿਲਾਂਗੇ ਹੁਣ ਅੱਗੇ ਸਟੇ ਕਰਾਂਗੇ ਦੋ ਘੰਟੇ ਬਾਅਦ ਕਿਉਂਕਿ ਗਰਮੀ ਹੈ ਐਰ ਬਹੁਤ ਗਰਮ ਹੁੰਦੇ ਆ ਬਥੇਰਾ ਖਾ ਲਿਆ ਹੁਣ ਦੇ ਬਥੇਰਾ ਹੁਣ ਨੀ ਕੁਛ ਕਦੇ ਇੱਕ ਆਹ ਬੈਠਾ ਪਿੱਛੇ ਤੇ ਲੁਕਦਾ ਕੈਮਰੇ ਤੋਂ ਆੜਾ ਅੱਠ ਦਸ ਆਹ ਦੇਖੋ ਜੀ ਆਹ ਦੇਖੋ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਮਾਰਨ ਨੂੰ ਤੁਲਿਆ ਕਿਸੇ ਨੂੰ ਇਹ ਮਾਰ ਕੇ ਛੱਡੇਗਾ ਸਾਰੀ ਉਲਰੀ ਪਈ ਹੈ ਤੇ ਫਿਰ ਕਿੱਡੇ ਆਕੜ ਕੇ ਬੈਠੇ ਨੇ ਰਾਜਸਥਾਨ ਦੇ ਪਹਾੜ ਪੱਥਰ ਵਾਲਾ ਪਹਾੜ ਹੈ ਨਾ ਪੱਥਰ ਦੇ ਵਿੱਚ ਮਿਕਸ ਜਿਹਾ ਕੰਮ ਨਾ ਇੰਜੋਏ ਹੋ ਰਿਹਾ ਜੀ ਫੁੱਲ ਜਾ ਰਿਹਾ ਜੀ ਪਿੰਡ ਧੂੰਆਂ ਕਲਾਂ ਭਗਤ ਨਾ ਜੀ ਬਹੁਤ ਤੇਜ਼ ਹਨੇਰੀ ਜੀ ਰਾਜਸਥਾਨ ਦੇ ਵਿੱਚ ਬਾਰਿਸ਼ ਔਰ ਤੂਫਾਨ ਬਹੁਤ ਤੇਜ਼ ਚੱਲ ਰਿਹਾ ਦੇਖੀਏ ਪਰ ਰੁਕ ਜਾਈਏ ਨਹੀਂ ਤੇ ਫਿਰ ਜੇ ਅੱਗੇ ਜ਼ਿਆਦਾ ਤੇਜ਼ ਹੋਇਆ ਫਿਰ ਆਪਾਂ ਰੁਕ ਜਾਵਾਂਗੇ ਅੱਜ ਤੱਕ ਤਾਂ ਠੀਕ ਹੈ ਨਾ ਲਓ ਜੀ ਬਾਰਿਸ਼ ਦਾ ਆਨੰਦ ਲੈ ਰਹੀ ਸੰਗਤ ਹਾਂਜੀ ਕਿੱਦਾਂ ਫਿਰ ਹੋ ਗਈ ਗਰਮੀ ਦੂਰ ਹੋਣਾ ਪੂਰਾ ਆਨੰਦ ਵੱਜਿਆ ਹੋਇਆ ਜੀ ਹਾਂ ਵੇਖੋ ਜੀ ਰਾਜਸਥਾਨ ਬਣਾ ਲਾ ਲਓ ਜੀ ਜੈਪੁਰ ਪਹੁੰਚ ਗਏ ਜੈਪੁਰ ਇੱਥੋਂ ਆਪਾਂ ਜਾਵਾਂਗੇ ਹੁਣ ਇੱਧਰੋਂ ਬਾਈਪਾਸ ਰਾਈਟ ਹੋ ਗਏ ਹਾਂਜੀ ਕਿੱਦਾਂ ਫਿਰ ਵਧੀਆ ਭੁੱਖ ਤਾਂ ਲੱਗੀ ਫਿਰ ਲੈ ਹੁੰਦੀ ਵੀਡੀਓ ਬਣੀ ਸਾਰੀ ਅੱਛਾ ਚੱਲ ਫਿਰ ਮੈਂ ਹੁਣ ਕਰ ਲਾਂਗਾ ਜਿੱਥੇ ਖਾਣ ਲੱਗੂਗੀ ਕਿ ਨਹੀਂ ਆਪਾਂ ਸਿਟੀ ਨਹੀਂ ਜਾਣਾ ਸਿਟੀ ਚਲੇ ਗਏ ਤੇ 12 ਵਜੇ ਤੱਕ ਨਿਕਲ ਸਕਦੇ ਮਿਲਦੇ ਹਾਂ ਜੀ ਵਾਹ ਜੀ ਵਾਹ ਮੌਸਮ ਕੀ ਬਾਤ ਹੈ ਢਾਬੇ ਤਾਂ ਰੁਕੇ ਹਾਂ ਜੀ ਹੁਣ ਚਾਹ ਸ਼ਾਹ ਛੱਕ ਕੇ ਫਿਰ ਤੁਰਾਂਗੇ ਹਾਂਜੀ ਚਾਹ ਇੱਕ ਵਾਰ ਪੀ ਲਈ ਇੱਕ ਕੱਪ ਹੋਰ ਪੀਣੀ ਉਹ ਆਪਾਂ ਵਾਪਸ ਕਰਦੀ ਨਾ ਚੰਗੀ ਨਹੀਂ ਬਣੀ ਨਾ ਉਹ ਵਾਪਸ ਕਰਦੇ ਮੁੰਡਿਆਂ ਨੇ ਕਹਿੰਦੇ ਸਾਨੂੰ ਪਸੰਦ ਨਹੀਂ ਆਈ ਬਾਕੀ ਆਹ ਜਿਹੜਾ ਵੀਰ ਆਹੜਾ ਆਹੜਾ ਜਿਹੜਾ ਇਟਲੀ ਵਾਲਾ ਆ ਇਹਨਾਂ ਨੇ ਚਾਹ ਮੋੜਤੀ ਇਹਨਾਂ ਨੇ ਘਰ ਬਾਰ ਕਹਿੰਦਾ ਇਹਨਾਂ ਦਾ ਆਹੀ ਰੋਲਾ ਤੇ ਇਹਦੀ ਤੇ ਇੱਕ ਹੋਰ ਪ੍ਰੋਬਲਮ ਹੀ ਚੱਲਦੀ ਵੀ ਨਾ ਮੁੰਡੇ ਦੀ ਅਸੀਂ ਕੈਮਰੇ ਸਾਹਮਣੇ ਦੱਸ ਨਹੀਂ ਸਕਦੇ ਇਹ ਬਹੁਤ ਦੁਖੀ ਹੈ ਮੁੰਡਾ ਹੈਲੋ ਕੋਈ ਗੱਲ ਨਹੀਂ ਕੈਮਰਾ ਇੱਥੇ ਪਹਿਲਾਂ ਵੀ ਰੋਟੀ ਖਾਧੀ ਆਪਾਂ ਪਿਛਲੀ ਵਾਰੀ ਜਦੋਂ ਆਏ ਸੀ ਓਏ ਦੁਨੀਆ ਤੇ ਕਾਲੀ ਹੈ ਕਿਤੇ ਬੇੜਾ ਹੀ ਕਰਕੇ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਲਓ ਜੀ ਪਹੁੰਚ ਗਏ ਭਗਤ ਧਨੇ ਦੇ ਸਥਾਨ ਤੇ ਹੁਣ ਇੱਥੋਂ ਅਗਲੇ ਦਿਨ ਦੀ ਯਾਤਰਾ ਸ਼ੁਰੂ ਹੋਏਗੀ ਜੀ ਮਿਲਦੇ ਹਾਂ ਜੀ ਨੈਕਸਟ